ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ। ਅਤੇ ਅੱਜ ਠੰਡ ਬਹੁਤ ਜ਼ਿਆਦਾ, ਰੱਬ ਨੇ ਹਵਾ ਚਲਾ ਰੱਖਿਆ ਠੰਡੀ ਠੰਡੀ ਜੀ, ਅਤੇ ਮੀਂਹ ਵੀ ਪੈ ਕੇ ਹਟਿਆ ਹੈਗਾ। ਅਤੇ ਸੋ ਮੈਂ ਹੁਣ ਜਾ ਰਿਹਾ ਤੁਰੇ ਆਪਦੇ ਦੋਸਤ ਕੇ ਘਰੇ, ਅਤੇ ਉਹਨਾਂ ਕੇ ਘਰੇ ਕੋਈ ਫੰਕਸ਼ਨ ਹੈਗਾ, ਅਤੇ ਤੁਹਾਨੂੰ ਉੱਥੇ ਜਾ ਕੇ ਦੱਸਦੇ ਕੀ ਹੈਗਾ ਜੀ, ਅਤੇ ਅੱਜ ਉਹ ਚੱਲੀਏ ਤੁਹਾਨੂੰ ਲੈ ਕੇ, ਅਤੇ ਉੱਥੇ ਜਾ ਕੇ ਆਪਾਂ ਮਿਲਦੇ ਹਾਂ। स्कूल चलिए ਤੇ ਮੇਰੇ ਦੋਸਤ ਕੇ ਗਏ ਸੀਗੇ ਜੀ, ਅਤੇ ਉਹਨਾਂ ਦੇ ਸੁਖਣੀ ਸਾਹਿਬ ਦਾ ਪਾਠ ਸੀਗਾ ਅਤੇ ਉਹਦਾ ਭੋਗ ਸੀਗਾ, ਅਤੇ ਉੱਥੇ ਜਾ ਕੇ ਹੁਣ ਵਾਪਸ ਘਰ ਨੂੰ ਆਉਣ ਲੱਗ ਰਹੇ ਹੈਗੇ। ਅਤੇ ਅੱਜ ਦਿਨ 'ਚ ਅਤੇ ਹੋਰ ਵੀ ਕਈ ਕੰਮ ਨੇ, ਅਤੇ ਨਾਲ ਕੰਮ ਕਰਾਂਗੇ, ਨਾਲੇ ਤੁਹਾਨੂੰ ਦਿਖਾਵਾਂਗੇ ਜੀ। ਅਤੇ ਲਾਸਟ ਤੱਕ ਜੁੜੇ ਰਹੋ ਬਲੌਗ ਦੇ ਨਾਲ ਹੀ, ਅਤੇ ਸਾਰੇ ਨੂੰ ਦੇਖਿਓ ਅਤੇ ਲਾਈਕ ਹੁਣੀ ਕਰ ਦਿਉ ਜਿਹੜੇ ਦੇਖਣ ਲੱਗ ਰਹੇ ਨੇ, ਅਤੇ ਜਿਨ੍ਹਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਉਹ ਸਬਸਕ੍ਰਾਈਬ ਵੀ ਕਰ ਦਿਉ ਜੀ। ਅਤੇ ਮਿਲਦੇ ਹਾਂ ਅੱਗੇ, ਅਤੇ ਫਿਰ ਤੁਹਾਨੂੰ ਉੱਥੇ ਦਿਖਾਉਂਦੇ ਹਾਂ ਜੀ। ਅਤੇ ਦੁਪਹਿਰੇ ਮੈਂ ਘਰ ਆ ਗਿਆ ਸੀਗਾ, ਅਤੇ ਹੁਣ ਆਪਾਂ ਫਿਰ ਜਾਂਦੇ ਹੈਗੇ ਦੁਕਾਨ 'ਤੇ, ਅਤੇ ਉਹ ਦੂਆ 'ਚੋਂ ਜਾਣਾ ਫੰਕਸ਼ਨ, ਅਤੇ ਸ਼ਾਮ ਹੋ ਰਹੀ ਹੈ ਅਤੇ ਤਕਰੀਬਨ 6:30 ਹੋਣ ਵਾਲੇ ਨੇਗੇ। ਅਤੇ ਆਪ ਜੋ ਸੁਣੂ ਲੈ ਕੇ ਚੱਲਦੇ ਹਾਂ, ਬਾਹਰੇ ਮੀਂਹ ਪਈ ਜਾਂਦਾ ਹੈਗਾ, ਅਤੇ ਦਿਖਾਉਂਦੇ ਹਾਂ ਠੰਡੀਆਂ ਠੰਡੀਆਂ ਹਵਾ ਚੱਲ ਰਹੀ ਹੈਗੀ। ਔਰ ਉਹਦੇ ਚੱਲਦੇ ਹਾਂ ਦੁਕਾਨ 'ਤੇ, ਅਤੇ ਫਿਰ ਜਾਣਾ ਆਪਣੇ ਫਿਰ ਉਹਨਾਂ ਦੋਸਤ ਕੀ ਫੰਕਸ਼ਨ ਆ ਉਹਨਾਂ ਦੇ ਇੱਕ, ਅਤੇ ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂਗੇ। ਮੀਂਹ ਪਈ ਜਾਂਦਾ ਜੀ, ਬਾਹਰੇ ਖੜਿਆ ਮੈਂ, ਮੀਂਹ ਪਈ ਜਾਂਦਾ ਹੈਗਾ, ਹਵਾ ਚੱਲਣ ਲੱਗ ਰਹੀ ਹੈਗੀ। ਆਹ ਦੇਖੋ ਪਿੱਲਰ, ਦੇਖੋ ਪੂਰੀਆਂ ਤੇਜ਼ ਹਵਾ ਚੱਲ ਰਹੀ ਹੈਗੀ, ਪੂਰੀਆਂ ਜੰਮੂ ਕਸ਼ਮੀਰ ਬਣਾ ਰੱਖਿਆ ਉਹਦੇ ਰੱਬ ਨੇ ਕਿ ਠੰਡੀ ਠੰਡੀ ਹਵਾ ਚੱਲ ਰਹੀ ਹੈਗੀ, ਮੀਂਹ ਪਈ ਜਾਂਦਾ ਹੈਗਾ। ਆਹ ਜੀ ਹਨੇਰਾ ਹੋ ਰਿਹਾ ਪੂਰਾ, ਉਹਨੂੰ ਲੈ ਕੇ ਚੱਲਦੇ ਹਾਂਗੇ। ਆਪਾਂ ਪਹੁੰਚ ਗਏ ਜਿੱਥੇ ਫੰਕਸ਼ਨ ਹੈਗਾ, ਅਤੇ ਬੈਠੇ ਹਾਂਗੇ, ਪਰ ਮੀਂਹ ਨੇ ਹੱਦੀ ਕਰਤੀ, ਮੀਂਹ ਪੂਰਾ ਜ਼ੋਰਾਂ ਸ਼ੋਰਾਂ 'ਤੇ ਪੈਣ ਲੱਗ ਰਿਹਾ ਹੈਗਾ, ਅਤੇ ਠੰਡ ਰੱਬ ਨੇ ਪੂਰੀ ਕਰ ਰੱਖੀ ਹੈਗੀ। ਸਾਰਾ ਕੰਮ ਨਿਬੇੜ ਕੇ ਜੀ, ਅਤੇ ਸਾਰਾ ਕੁਛ ਕਰਕੇ ਹੀ ਆਪਾਂ ਆ ਗਏ ਸੀ ਦੁਕਾਨ 'ਤੇ, ਅਤੇ ਅੱਜ ਦਾ ਬਸ ਦਿਨ ਆਪਾਂ ਇੱਥੇ ਹੀ ਹੁੰਦਾ ਇੰਡੀ, ਅਤੇ ਵਲੌਗ ਵੀ ਕਰਦੇ ਆਪਾਂ ਜੀ ਇੱਥੇ ਸਮਾਪਤ। ਅਤੇ ਥੱਲੇ ਇਹ ਮੇਰੇ ਸੋਸ਼ਲ ਮੀਡੀਆ ਆਈਡੀਆਂ ਥੱਲੇ ਮੈਨਸ਼ਨ ਹੋ ਰਹੀਆਂ ਨਹੀਂ, ਤੁਸੀਂ ਜ਼ਰੂਰ ਇਹਨਾਂ 'ਤੇ ਵਿਜਿਟ ਕਰੋ ਜੀ, ਅਤੇ ਫੋਲੋ ਕਰੋ ਜੀ, ਅਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਹੀ। ਰਾਮ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।